ਤੁਸੀਂ ਦੇਖ ਰਹੇ ਹੋ ਮਾਲਵਾ ਐਮ ਵੀ ਟੀਵੀ ਤੇ ਮੈਂ ਰਸ਼ਪਿੰਦਰ ਸਿੰਘ ਭਵਾਨੀਗੜ੍ਹ ਦੇ ਵਿੱਚ ਲਾਇਨਸ ਕਲੱਬ ਭਵਾਨੀਗੜ੍ਹ ਦੇ ਵੱਲੋਂ ਤੇ SSF ਫੋਰਸ ਦੇ ਵੱਲੋਂ ਇੱਕ ਵੱਖਰਾ ਉਪਰਾਲਾ ਕੀਤਾ ਜਾ ਰਿਹਾ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਸ਼ਹਿਰ ਦੇ ਵੱਖ ਵੱਖ ਕੋਨਿਆਂ ਦੇ ਵਿੱਚ ਸਾਈਨ ਬੋਰਡ ਜਿਹੜੇ ਲਗਾਏ ਜਾਣਗੇ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਊਗਾ ਤਾਂ ਸਾਈਨ ਬੋਰਡ ਲਗਾਏ ਜਾਣਗੇ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਬੋਰਡ ਦੇ ਵਿੱਚ ਰਿਫਲੈਕਟਰ ਲਾਏ ਗਏ ਨੇ ਜੋ ਰਾਤ ਨੂੰ ਲੋਕਾਂ ਦੀ ਸੁਰੱਖਿਆ ਦਾ ਕੰਮ ਵੀ ਕਰੇਗਾ ਤਾਂ ਜਿਹੜਾ ਲੋਕਾਂ ਦੇ ਲਈ ਜੋ ਆਵਾਜਾਈ ਚੱਲਦੀ ਹੈ ਤਾਂ ਉਸਦੇ ਲਈ ਇੱਕ ਰਾਹਤ ਵੀ ਦੇਵੇਗਾ। ਇਸ ਮੌਕੇ ਲਾਇਨਸ ਕਲੱਬ ਦੇ ਪ੍ਰਧਾਨ ਚਰਨਜੀਤ ਸੱਚਦੇਵਾ ਦੇ ਵੱਲੋਂ ਦੱਸਿਆ ਕਿ ਉਹ ਲੋਕਾਂ ਦੇ ਵਿੱਚ ਲਗਾਤਾਰ ਕੋਈ ਵੀ ਮੁਸ਼ਕਲ ਆਉਂਦੀਆਂ ਨੇ ਤਾਂ ਕੋਈ ਵੀ ਜੇਕਰ ਸਮਾਨ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਅੱਗੇ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ ਤਾਂ ਜਦੋਂ SSF ਟੀਮ ਦੇ ਵੱਲੋਂ ਦੱਸਿਆ ਗਿਆ ਕਿ ਅਜਿਹਾ ਉਪਰਾਲਾ ਕੀਤਾ ਜਾਵੇ ਤਾਂ ਉਹਨਾਂ ਦੇ ਵੱਲੋਂ ਆਪਣੀ ਟੀਮ ਦੇ ਨਾਲ SSF ਦੀ ਸਹਾਇਤਾ ਦੇ ਨਾਲ ਜਿਹੜਾ ਇਹ ਬੋਰਡ ਤਿਆਰ ਕੀਤੇ ਗਏ ਤੇ ਜਿਹੜਾ ਸ਼ਹਿਰ ਦੇ ਅੱਜ ਵੱਖ ਵੱਖ ਹਿੱਸਿਆਂ ਦੇ ਵਿੱਚ ਵੀ ਲੱਗ ਜਾਣਗੇ ਤਾਂ SSF ਫੋਰਸ ਦੇ ਪਟਿਆਲਾ ਜ਼ੋਨ ਦੇ ਇੰਚਾਰਜ ਰਾਮਕੇਸ਼ ਜੀ ਵੀ ਖਾਸ ਤੌਰ ਤੇ ਪਹੁੰਚੇ ਤਾਂ ਦੇਖ ਸਕਦੇ ਹੋ ਲੋਕਾਂ ਨੂੰ ਇਹਨਾਂ ਬੋਰਡ ਤੇ ਲਿਖੇ ਸਲਾਗਾਂ ਦੇ ਨਾਲ ਜਿਹੜਾ ਜਾਗਰੂਕ ਕੀਤਾ ਜਾਵੇਗਾ। ਭਵਾਨੀਗੜ੍ਹ ਦੇ ਵਿੱਚ ਜੇਕਰ ਤੁਸੀਂ ਵੀ ਦਾਖਲ ਹੋਵੋਗੇ ਤਾਂ ਇਹਨਾਂ ਬੋਰਡ ਰਾਹੀਂ ਤੁਸੀਂ ਵੀ ਜਾਗਰੂਕ ਹੋਵੋਗੇ ਤੇ ਗੱਡੀ ਹੌਲੀ ਚਲਾਓਗੇ ਤੇ ਦਾਰੂ ਪੀ ਕੇ ਵੀ ਨਹੀਂ ਚਲਾਓਗੇ ਤਾਂ ਆਓ ਸੁਣਾਉਂਦੇ ਹਾਂ ਤੁਹਾਨੂੰ ਕਿਵੇਂ ਜਹਿਨ ਦੇ ਵਿੱਚ ਆਇਆ ਕਿ ਅਜਿਹਾ ਉਪਰਾਲਾ ਕੀਤਾ ਜਾਵੇ ਤੇ ਕੀ ਕਹਿਣਾ ਇਸ ਮੌਕੇ ਪਟਿਆਲਾ ਜ਼ੋਨ ਦੇ ਇੰਚਾਰਜ ਦਾ। ਨਾਮ ਚਰਨਜੀਤ ਸੱਚਦੇਵਾ ਜੀ, ਪ੍ਰੈਜ਼ੀਡੈਂਟ ਲਾਇਨ ਕਲੱਬ ਭਵਾਨੀ। ਸਰ ਅੱਜ ਇੱਕ ਵੱਡਾ ਉਪਰਾਲਾ ਕੀਤਾ ਗਿਆ, ਸਾਈਨ ਬੋਰਡ ਲਾਏ ਜਾ ਰਹੇ ਨੇ ਤਾਂ ਕਿਵੇਂ ਜਹਿਨ ਦੇ ਵਿੱਚ ਆਇਆ ਵੀ ਇੰਨਾ ਦਾ ਉਪਰਾਲਾ ਕੀਤਾ ਜਾ ਰਿਹਾ? ਇਹ ਪਿੱਛੇ ਜੇ ਸਾਡੇ ਨਾਲ ਕੀ ਹੋਇਆ ਸੀ, ਪਟਿਆਲੇ ਤੋਂ ਆ ਰਹੇ ਸੀਗੇ, ਰਾਹ ਦੇ ਦੌਰਾਨ ਸਾਡੀ ਗੱਡੀ ਥੋੜੀ ਜਿਹੀ ਪ੍ਰੋਬਲਮ ਆ ਗਈ। ਗੱਡੀ 'ਚ ਪ੍ਰੋਬਲਮ ਮੀਨ ਕੋਈ ਕੱਟ ਜਾਂ ਕੋਈ ਮਾਰ ਗਿਆ ਸੀਗਾ ਇੱਕ ਸਾਈਡ 'ਤੇ, ਸਾਨੂੰ ਲਗਾ ਰਹੀ ਸੀ, ਬਾਅਦ 'ਚੋਂ ਸਟਾਰਟ ਨਹੀਂ ਹੋਈ। ਉਸ ਟਾਈਮ ਅਸੀਂ ਬਹੁਤ ਸੋਚਿਆ ਵੀ CM ਸਾਹਿਬ ਨੇ ਜਿਹੜਾ ਕਿਹਾ SSF ਹੈਗੀ ਹੈ, ਤੁਹਾਡੀ ਗੱਡੀ 'ਚ ਕਿਤੇ ਕੋਈ ਪ੍ਰੋਬਲਮ ਹੈ, ਤੁਸੀਂ ਡਾਇਲ ਕਰੋ। ਸਾਨੂੰ ਨੰਬਰ ਹੀ ਨਹੀਂ ਦਿਮਾਗ 'ਚ ਆਇਆ, ਅਸੀਂ ਬਹੁਤ ਕੋਸ਼ਿਸ਼ ਕਰਕੇ ਸਾਨੂੰ ਅੱਧੇ ਘੰਟੇ ਬਾਅਦ ਨੰਬਰ ਮਿਲਿਆ। ਦੈਨ ਉਹਨਾਂ ਨੇ ਸਾਨੂੰ ਹੈਲਪ ਕੀਤੀ, ਟਾਓ ਕਰਕੇ ਸਾਨੂੰ ਚੰਨੂ ਤੱਕ ਛੱਡਿਆ ਗਿਆ। ਚੰਨੂ ਤੋਂ ਬਾਅਦ ਅਗਲੀ ਗੱਡੀ ਨੇ ਆਉਣਾ ਸੀ, ਕੁਦਰਤੀ ਸਾਡੀ ਗੱਡੀ ਉੱਥੇ ਰਿਪੇਅਰ ਹੋ ਗਈ, ਅਸੀਂ ਵਾਪਸ ਆ ਗਏ। ਭਵਾਨੀਗੜ੍ਹ ਲਈ, ਭਵਾਨੀਗੜ੍ਹ 'ਚ ਸਾਨੂੰ ਹੌਲੀ ਚੱਲੂ ਨੂੰ ਪ੍ਰੇਰਿਤ ਕਰ ਰਹੇ ਹਾਂ, ਕਿਉਂਕਿ ਗੱਡੀ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ, ਉਹ ਤਾਂ ਹੀ ਐਕਸੀਡੈਂਟ ਦਾ ਕਾਰਨ ਬਣਦੀ ਹੈ। ਜਿੰਨੀ ਗੱਡੀ ਦੀ ਸਪੀਡ ਘੱਟ ਹੋਏਗੀ ਉਨਾ ਥੋੜ੍ਹਾ ਅਵੇਅਰਨੈਸ ਵੱਧ ਜਾਏਗੀ। ਹਾਂਜੀ ਹਾਂ, ਸ਼ਹਿਰ ਦੇ ਸਾਰੇ ਕਿਤੇ ਲੱਗਣਗੇ ਜੀ, ਹੌਲੀ ਚੱਲੂ ਵਾਲੇ ਬੋਰਡ ਸਾਰੇ ਸ਼ਹਿਰ ਦੇ ਵਿੱਚ ਹੀ ਨੇ। ਪਰ ਭਵਾਨੀਗੜ੍ਹ ਤੁਸੀਂ ਕੱਲ੍ਹ ਦੇਖ ਲਓਗੇ ਇਹ ਸਾਰੇ ਲੱਗ ਜਾਣਗੇ। ਹੌਲੀ ਹੌਲੀ ਦੇਖੋ ਸਰ, ਕੋਈ ਵੀ ਚੀਜ਼ ਹੈ ਦੇਖੋ ਹੌਲੀ ਹੌਲੀ ਕੰਮ ਕਰਦੀ ਹੈ। ਇੱਕ ਵਾਰੀ ਸ਼ੁਰੂਆਤ ਹੈ, ਅੱਗੇ ਜਾ ਕੇ ਲੱਗਾ ਹੋਇਆ ਤਾਂ ਅਸੀਂ 20 ਕਿਲੋਮੀਟਰ ਜਾਂ 30 ਕਿਲੋਮੀਟਰ ਦੀ ਸਪੀਡ ਦੇ ਬੋਰਡ ਲਗਾਉਣ ਦੀ ਵੀ ਕੋਸ਼ਿਸ਼ ਕਰਾਂਗੇ ਜੇ ਪਰਮਿਸ਼ਨ ਮਿਲਦੀ। ਸਰ, ਜਿਸ ਤਰੀਕੇ ਪੁਲਿਸ ਕਹਿੰਦੀ ਹੈ ਵੀ ਸਾਡਾ ਸਹਿਯੋਗ ਦੋ ਤਾਂ ਲੱਗਦਾ ਲਾਇਨਸ ਕਲੱਬ ਹਰ ਸਮੇਂ ਤੇ ਜਿਹੜਾ ਉਹਨਾਂ ਦੇ ਨਾਲ ਹੈ। ਹਾਂਜੀ, ਉਹ ਸਾਡੇ ਨਾਲ ਖੜੇ ਨੇ ਜੀ, ਹਰ ਟਾਈਮ ਉਹਨਾਂ ਨੇ ਵੀ ਸਾਡੀ ਪੂਰੀ ਮਦਦ ਕੀਤੀ ਹੈ, ਅਸੀਂ ਵੀ ਉਹਨਾਂ ਨੇ ਮਦਦ ਮੰਗੀ, ਅਸੀਂ ਵੀ ਕਰੀ ਹੈ ਉਹਨਾਂ ਦੇ ਹੱਥੋਂ। ਅਸੀਂ ਕੁਛ ਚੀਜ਼ਾਂ ਇਹਨਾਂ ਨੂੰ ਹੋਰ ਵੀ ਕਹੀਆਂ ਸੀਗੀਆਂ, ਜਿੱਦਾਂ ਛੁੱਟੀ ਦੇ ਟਾਈਮ ਬੱਚਿਆਂ ਵਾਸਤੇ ਵੀ ਤੁਸੀਂ ਐਟਲੀਸਟ ਕੱਟਾਂ 'ਤੇ ਇੱਕ ਅੱਧਾ ਬੰਦਾ ਤੁਸੀਂ ਖੜਾਇਆ ਕਰੋ ਤਾਂ ਜੋ ਬੱਚੇ ਆਸਾਨੀ ਨਾਲ ਰੋਡ ਕਰੋਸ ਕਰ ਸਕਣ। ਇੰਸਪੈਕਟਰ ਰਾਮਕੇਸ਼ ਪਟਿਆਲਾ ਰੈਂਜ। ਬਹੁਤ ਵਧੀਆ ਸੇਵਾ, ਮੈਂ ਹਰੇਕ ਬੰਦਾ ਇਹ ਕੰਮ ਕਰੇ, ਪੁਲਿਸ ਦੇ ਨਾਲ ਲੱਗੇ ਕੰਮ ਕਰੇ ਤਾਂ ਬਹੁਤ ਵਧੀਆ। ਸਾਡੇ ਸਹਿਯੋਗ ਦੇਣ, ਅਸੀਂ ਵੀ ਨਾ ਸਹਿਯੋਗ ਪੂਰਾ ਦੇਵਾਂਗੇ। ਰੋਡ ਤੇ ਕਈ ਵਾਰ ਕੀ ਹੁੰਦਾ ਵੀ ਕਿਸੇ ਦਾ ਭਰਾ ਕਿਸੇ ਦੀ ਭੈਣ ਐਕਸੀਡੈਂਟ ਹੁੰਦੇ ਆ, ਮਾਂ ਪਿਓ ਦੇ ਬਹੁਤ ਦੁੱਖ ਲੱਗਦਾ, ਜੇ ਇਕੱਲਾ ਇਕੱਲਾ ਕਈ ਵਾਰ ਬੱਚਾ ਹੁੰਦਾ ਉਹ ਚੱਲ ਜਾਂਦਾ ਘਰੋਂ, ਐਕਸੀਡੈਂਟ ਹੁੰਦਾ ਰਸਤੇ, ਕੁਛ ਵੀ ਹੋ ਸਕਦਾ, ਲੇਕਿਨ ਬਹੁਤ ਦੁੱਖ ਲੱਗਦਾ ਇਸ ਗੱਲ ਦਾ। ਅਸੀਂ ਸਹਿਯੋਗ ਦੇਣ, ਨਾਲ ਨਾਲ ਐਕਸੀਡੈਂਟ ਹੋ ਜਾਵੇ ਤਾਂ ਸਾਨੂੰ ਫੋਨ ਕਰਨ, ਨਾਲ ਨਾਲ ਸਾਡੀ ਪਹੁੰਚ ਚੁੱਕੀ। ਸਰ, ਇਹ ਬੋਰਡ ਦੀ ਖਾਸੀਅਤ ਦੀ ਗੱਲ ਕੀਤੀ ਜਾਵੇ, ਜਾਗਰੂਕ ਦੇ ਨਾਲ ਰਿਫਲੈਕਟਰ ਦਾ ਵੀ ਕੰਮ ਕਰਨਗੇ, ਰਾਤ ਨੂੰ ਰਿਫਲੈਕਟਰ ਦਾ ਕੰਮ ਕਰਨਗੇ, ਠੀਕ ਹੈ ਜੀ। ਲੱਗਦਾ ਲੋਕਾਂ ਨੂੰ ਵੱਡਾ ਲਾਭ ਮਿਲੇਗਾ, ਬਹੁਤ ਪੂਰਾ ਲਾਭ ਮਿਲੂਗਾ ਇਹਨਾਂ ਦਾ ਜੀ। ਅੱਗੇ ਲੋਕ ਚੱਕਦੇ ਨਹੀਂ, ਹੁਣ ਚੱਕਣਗੇ, ਖੜਨਗੇ ਉੱਥੇ, ਖੜ ਕੇ ਸਾਨੂੰ ਫੋਨ ਕਰਨਗੇ ਵੀ ਆਹ ਗੱਲਬਾਤ ਹੋ ਗਈ, ਸਾਡੇ ਵੇਟ ਕਰਨ 5-4 ਮਿੰਟ 'ਚ ਗੱਡੀ ਸਾਡੀ ਪਹੁੰਚ ਜਾਵੇ।
ਡਰ ਜਾਂਦੇ ਨੇ ਕੋਈ ਹਾਦਸਾ ਹੁੰਦਾ ਤਾਂ ਉਹਨਾਂ ਨੂੰ ਡਰਨ ਦੀ ਲੋੜ ਹੀ ਨਹੀਂ ਹੁਣ ਹੁਣ ਪੰਜਾਬ ਸਰਕਾਰ ਨੇ ਬਹੁਤ ਮੈਂ ਕੰਮ ਕਰਕੇ ਲੜਨ ਦੀ ਲੋੜ ਨਹੀਂ ਹੈ ਨਾ ਡਰੋ ਖੜ ਕੇ ਉੱਥੇ ਕੰਮ ਕਰੋ ਠੀਕ ਹੈ ਜੀ ਹੈਲਪ ਕਰੋ ਪੁਲਿਸ ਦੇ ਨਾਲ ਮੇਰਾ ਨਾਮ ਬਲਵਿੰਦਰ ਸਿੰਘ ਬਲਵਿੰਦਰ ਜੀ ਅਲਾਇੰਸ ਕਲੱਬ ਦੇ ਐਸਐਸਐਫ ਦੇ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਕਿਹੜੇ ਕਿਹੜੇ ਬੋਰਡ ਲਾਏ ਗਏ ਨੇ ਤੇ ਕਿੱਥੇ ਕਿੱਥੇ ਲਾਏ ਜਾ ਇਹ ਅਸਲ ਦੇ ਵਿੱਚ ਸਾਡਾ ਰੂਟ ਪੈਂਦਾ ਹੈਗਾ ਭਵਾਨੀਗੜ੍ਹ 53302 ਸਾਡੇ ਕੋਲ ਚੰਨੋ ਤੋਂ ਲੈ ਕੇ ਸੰਗਰੂਰ ਤੱਕ ਦਾ ਰੂਟ ਆ ਇਹ ਦੇਖਣ 'ਚ ਆਇਆ ਵੀ ਇਹ ਰੂਟ ਦੇ ਉੱਪਰ ਜਿੱਥੇ ਜਿੱਥੇ ਮਤਲਬ ਜ਼ਿਆਦਾ ਟ੍ਰੈਫਿਕ ਵਾਲਾ ਏਰੀਆ ਗਾ ਉੱਥੇ ਐਕਸੀਡੈਂਟ ਬਹੁਤ ਹੁੰਦੇ ਨੇ ਜ਼ਿਆਦਾਤਰ ਕੱਟਾਂ ਦੇ ਅਤੇ ਇਹ ਇੱਕ ਜਦੋਂ ਐਕਸੀਡੈਂਟ ਹੋ ਜਾਂਦਾ ਉਸ ਤੋਂ ਬਾਅਦ ਲੋਕਾਂ ਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਹੈਗਾ ਵੀ ਅਸੀਂ ਰਿਐਕਟ ਕੀ ਕਰਨਾ ਗਾ ਡਰਦੇ ਨੇ ਲੋਕ ਚੱਕਣ ਤੋਂ ਬੰਦੇ ਤੋਂ ਪਤਾ ਨਹੀਂ ਸਾਡੇ 'ਤੇ ਕੋਈ ਕਾਰਵਾਈ ਹੋਜੂਗੀ ਇਹ ਉਸ ਦੇ ਸੰਬੰਧ ਦੇ ਵਿੱਚ ਹੀ ਇੱਥੇ ਭਵਾਨੀਗੜ੍ਹ ਦਾ ਦੇ ਨੇਗੇ ਲਾਇਨਸ ਕਲੱਬ ਵਾਲੇ ਇਹਨਾਂ ਦੇ ਨਾਲ ਚਲੋ ਸਾਡਾ ਮਤਲਬ ਤਾਲਮੇਲ ਹੋਇਆ ਇਹਨਾਂ ਨੇ ਸਾਨੂੰ ਫੁੱਲ ਸਹਿਯੋਗ ਦੇਣ ਦਾ ਮਤਲਬ ਭਰੋਸਾ ਦਵਾਇਆ ਇਹਨਾਂ ਦੇ ਸਹਿਯੋਗ ਸਦਕਾ ਅਸੀਂ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਵੀ ਜਦੋਂ ਐਕਸੀਡੈਂਟ ਹੋ ਜੇ ਤਾਂ ਤੁਸੀਂ ਕੀ ਕਰਨਾ ਅਤੇ ਐਕਸੀਡੈਂਟ ਨਾ ਹੋਵੇ ਤਾਂ ਉਹਦੇ ਲਈ ਵੀ ਆਪਾਂ ਨੇ ਕੀ ਕੀ ਸਾਵਧਾਨੀਆਂ ਵਰਤਣੀਆਂ ਨੇ ਉਸ ਦੇ ਸੰਬੰਧ 'ਚ ਆਪਾਂ ਨੇ ਇਹ ਫਲੈਕਸ ਤਿਆਰ ਕਰਵਾਏ ਨੇ ਸਭ ਤੋਂ ਖਾਸ ਇਹ ਵੀ ਰਿਫਲੈਕਟਰ ਦਾ ਵੀ ਕੰਮ ਕਰਨਗੇ ਰਾਤ ਨੂੰ ਤਾਂ ਬਹੁਤ ਕੱਟ ਹੁੰਦੇ ਦਿਖਦੇ ਨਹੀਂ ਲੋਕਾਂ ਹਾਂਜੀ ਹਾਂਜੀ ਇਹ ਚੀਜ਼ ਨੂੰ ਅਸੀਂ ਮਤਲਬ ਮੁੱਖ ਰੱਖਦੇ ਹੋਏ ਇਹ ਰਿਫਲੈਕਟਰ ਵਾਲੇ ਤਿਆਰ ਕਰਵਾਏ ਨੇ ਕਿ ਰਾਤ ਨੂੰ ਜਦੋਂ ਲੋਕ ਓਵਰ ਸਪੀਡ 'ਤੇ ਜਾਂਦੇ ਨੇ ਜ਼ਿਆਦਾਤਰ ਵੀ ਉਦੋਂ ਥੋੜ੍ਹਾ ਜਿਹਾ ਲੋਕਾਂ ਨੂੰ ਇਹ ਚੀਜ਼ ਦਾ ਪਤਾ ਰਹੇ ਵੀ ਇੱਥੇ ਮਤਲਬ ਸੰਘਣੀ ਆਬਾਦੀ ਵਾਲਾ ਏਰੀਆ ਹੈਗਾ ਵੀ ਇੱਥੇ ਅਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਧਿਆਨ ਰੱਖਣਾ ਲਿਮਿਟ ਕਿੰਨੀ ਕੁ ਰੱਖਣੀ ਹੈ ਸਪੀਡ ਦੀ ਅੱਗੇ ਕੱਟ ਆ ਰਿਹਾ ਅੱਗੇ ਪੇਂਡੂ ਏਰੀਆ ਆ ਰਿਹਾ ਵੀ ਉੱਥੇ ਅਸੀਂ ਕਿਵੇਂ ਜਾਣਾ ਇਹ ਚੀਜ਼ਾਂ ਦਾ ਸਾਰਾ ਧਿਆਨ ਰੱਖਿਆ ਗਿਆ।